ਉਹਨਾਂ ਦੇ ਭਤੀਜੇ। ਸੋ ਜਿਹੜੀ ਆਪ ਮੰਜੀ ਸਾਹਿਬ ਤੋਂ ਲਾਈਵ ਕਥਾ ਉਹਨਾਂ ਦੇ ਮੁੱਖ ਵਿੱਚੋਂ ਸਰਵਣ ਕਰਦੇ ਹੋ, ਬੰਗਲਾ ਸਾਹਿਬ ਜੀ ਤੋਂ ਕਰਦੇ ਹੋ, ਇਹ ਸਾਡੀ ਕੌਮ ਦੇ ਗਹਿਣੇ ਆ। ਜਿੱਥੇ ਐਡੀ ਵੱਡੀ ਉਹਨਾਂ ਦੀ ਮਹਾਨ ਵੱਡੀ ਕੁਰਬਾਨੀ ਆ ਖਾਲਸਾ ਪੰਥ ਨੂੰ ਦੇਣ ਹੈ, ਇਹਨਾਂ ਜੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਮਹਾਂਪੁਰਖਾਂ ਨੇ ਕੀਤੀ, ਉੱਥੇ ਕਿਸੇ ਬੰਨਿਓ ਸਿੰਘ ਸਾਹਿਬ ਜੀ ਪਿੱਛੇ ਨਹੀਂ ਹਟ ਰਹੇ। ਅਤੇ ਉਹਨਾਂ ਨੇ ਇੱਥੇ ਜਿੱਥੇ ਬਹੁਤ ਵੱਡੇ ਪੱਧਰ 'ਤੇ ਵਿਸ਼ਾਲ ਇਹ ਗੁਰੂ ਦਾ ਲੰਗਰ ਚੱਲ ਰਿਹਾ ਹੈ, ਜਦੋਂ ਦਾ ਇਹ ਮੋਰਚਾ ਲੱਗਾ ਹੈ, ਅਤੇ ਹੋਰ ਤੁਹਾਨੂੰ ਜੋ ਜਿਹਦੇ ਵਿੱਚ ਸਾਡੇ ਤਿਆਰੀ ਕਰੋ ਸਤਿਕਾਰਯੋਗ ਸਤਿਕਾਰਯੋਗ ਸਤ ਬਾਬਾ ਸਤਨਾਮ ਸਿੰਘ ਜੀ ਵੱਲੀਆਂ ਸਾਰੀ ਦੇਖ ਰੇਖ ਕਰ ਰਹੇ ਨੇ ਲੰਗਰ ਦੀ। ਅੱਜ ਨਾਲ ਭਾਈ ਹਰਭਜਨ ਸਿੰਘ ਜੀ ਚੱਕਰ ਆਲ ਇੰਡੀਆ ਕਨਵੀਨਰ ਜ਼ਿਲ੍ਹਾ ਪ੍ਰਧਾਨ ਭਾਈ ਹਰਕ੍ਰਿਸ਼ਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਅਤੇ ਆਹ ਗੁਰੂ ਦੀਆਂ ਸਿੱਖ ਸੰਗਤਾਂ ਬਾਬਾ ਬੂਟਾ ਸਿੰਘ ਜੀ ਜੋ ਗੁਰਦੁਆਰਾ ਸੰਤ ਖਾਲਸਾ ਸਵਾਵਾਂ ਨਿਭਾ ਰਹੇ ਨੇ, ਬਾਪੂ ਰੂੜ ਸਿੰਘ ਜੀ ਜੋ ਗੁਰਦੁਆਰਾ ਬਾਬਾ ਲੱਦਾ ਜੀ ਪਾਰਤਕਾਰੀ, ਅਤੇ ਨਾਲ ਭਾਈ ਗੁਰਮੀਤ ਸਿੰਘ ਜੀ ਜੋ ਮਾਲਵਾ ਜੋਨ ਦੇ ਪ੍ਰਧਾਨ ਥੋੜ੍ਹੇ ਦਿਨਾਂ ਦੇ ਸਾਡੇ ਗਏ ਨੇ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੇ ਨੇ। ਆਹ ਗੁਰੂ ਦੀਆਂ ਸਿੱਖ ਸੰਗਤਾਂ ਦੇਖੋ ਇੰਨਾ ਇਹ ਮੇਲਾ ਲੱਗਾ, ਸਿੰਘ ਸਾਹਿਬ ਜੀ ਦੀ ਸਾਰੇ ਦੇਣ ਹੈ। ਸੋ ਅੱਗੇ ਤੁਹਾਨੂੰ ਅਸੀਂ ਕਿੱਥੇ ਰਹਿਣ ਬਸੇਰਾ ਦਿਖਾਉਂਦੇ ਹਾਂ। ਇੱਕ ਹੋਰ ਵੀ ਬਹੁਤ ਵੱਡੀ ਜਾਣਕਾਰੀ ਹੈ, ਜਿਹੜਾ ਦੇਖੋ ਡਾਕਟਰ ਸਾਹਿਬਾਨਾਂ ਦੀ ਇਹ ਟੀਮ ਜਿਹੜੀ ਇਹ ਰਾਜ ਦੇ ਸੇਵਾ ਨਿਭਾ ਰਹੀ ਹੈ, ਜੋ ਸਿੰਘ ਸਾਹਿਬ ਜੀ ਮੇਰੇ ਕੋਲ ਪੰਜਾਬ ਨੂੰ ਗਏ ਅਤੇ ਉਹਨਾਂ ਦੀ ਗੈਰਹਾਜ਼ਰੀ ਦੇ ਵਿੱਚ ਜੋ ਸੰਤ ਬਾਬਾ ਚਰਨਜੀਤ ਸਿੰਘ ਜੀ ਜੱਸੋਵਾਲ ਵਾਲੇ ਜੋ ਅੰਤਰ ਕਮੇਟੀ ਮੈਂਬਰ ਨੇ ਸਮਾਜ ਵੱਲੋਂ ਭਾਈ ਰਾਜਪਾਲ ਸਿੰਘ ਜੀ ਚਾਰ ਡਾਕਟਰ ਡਾਕਟਰ ਬਲਜੀਤ ਸਿੰਘ ਜੀ ਰੋਡੇ, ਸਰ ਭਾਈ ਗੁਰਦੇਵ ਸਿੰਘ ਜੀ ਰੋਡੇ, ਡਾਕਟਰ ਬਲਜੀਤ ਸਿੰਘ ਜੀ ਭਾਈ ਗੁਰਦੇਵ ਸਿੰਘ ਜੀ ਰੋਡੇ, ਉਹ ਵੀ ਨਾਲ ਨਾਲ ਸਮਾਗਮ ਬਾਹਰ ਹੈ ਬਸੇਰਾ। ਤੁਹਾਨੂੰ ਦਿਖਾਉਂਦੇ ਨੇ ਅੱਜ ਗੁਰਦਾਂ ਦੇ ਵਿਸ਼ਰਾਮ ਘਰ ਬਣਿਆ ਹੋਇਆ ਹੈ, ਜਿੱਥੇ ਭਾਈ ਲਖਵਿੰਦਰ ਸਿੰਘ ਜੀ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਪ੍ਰਧਾਨ ਨੇ, ਨਾਲ ਭਾਈ ਕਿਰਪਾ ਸਿੰਘ ਜੀ ਮਥੂ ਵਾਲੇ ਪੰਜਾਬ ਜੋ ਕਿਸਾਨ ਵਿੰਗ ਦੇ ਪ੍ਰਧਾਨ ਨੇ, ਜੋ ਉਹ ਵੀ ਬੜੇ ਵੱਡੇ ਤਰੇ ਇਹ ਨਾਲ ਨਾਲ ਇਹ ਸੇਵਾਵਾਂ ਨਿਭਾ ਰਹੇ ਨੇ। ਰਹਿਣ ਬਸੇਰਾ ਜੀ ਚੱਲਦਾ ਪੂਰਾ ਮੈਡੀਕਲ ਸਾਰੀ ਸੰਗਤ ਵਿੱਚ ਨਾਲ ਐਂਬੂਲੈਂਸ ਵੀ ਚਲਾਈ ਗਈ ਹੈ, ਇਹ ਚੱਲ ਰਹੀ ਹੈ ਸਹੀ ਸਾਹਿਬ। ਸੋ ਗੁਰੂ ਦੀਆਂ ਸੰਗਤਾਂ ਦਾ ਦਿਹਾੜ ਹੋਇਆ, ਜਿੱਥੇ ਹੋਰ ਜਥੇਬੰਦੀਆਂ ਬੜੀਆਂ ਸੇਵਾਵਾਂ ਨਿਭਾ ਰਹੀਆਂ ਨੇ, ਅੱਜ ਨੌਜਵਾਨ ਸਿੰਘ ਸਿੰਘਣੀਆਂ 15 ਤੋਂ 16 ਦਿਨ ਤੋਂ ਇਹ ਸਮਾਗਮ ਸਾਰੇ ਇਹ ਚੱਲ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸੋ ਸਾਡੀ ਇਹੋ ਹੀ ਅਰਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਨ, ਹੜਾਇਆ ਪਿਆ ਗੁਰੂ ਦੀਆਂ ਸੰਗਤਾਂ ਦਾ, ਜੋ ਸਾਡੀ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਆਮ ਦੀ ਆਵਾਜ਼ ਨੂੰ ਸਮਝਣੀ ਚਾਹੀਦੀ, ਸਤਿਗੁਰੂ ਸੱਚੇ ਪਾਤਸ਼ਾਹ ਇਹ ਕਿਰਪਾ ਰਹਿਮਤਾਂ ਬਖਸ਼ਿਸ਼ਾ ਕਰਨ। ਸੋ ਮੇਰੇ ਨਾਲ ਭਾਈ ਗੁਰਮੀਤ ਸਿੰਘ ਜੀ ਮਾਲਵਾ ਜੋਨ ਦੇ ਪ੍ਰਧਾਨ, ਉਹ ਨਾਲ ਸੇਵਾ ਨਿਭਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।